ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਬਣਾਉਣ ਲੱਗੇ ਹਾਂ ਸ਼ਾਹੀ ਪਨੀਰ, ਜਿਹਦੇ ਲਈ ਆਪਾਂ ਨੇ ਪਨੀਰ ਲਿਆ, ਲੰਮੇ ਟੁਕੜਿਆਂ 'ਚ ਕੱਟ ਲਿਆ, ਮਲਾਈ, ਦਹੀਂ, ਟਮਾਟਰ, ਪਿਆਜ਼, ਹਰੀ ਮਿਰਚ ਅਤੇ ਲਸਣ। ਚਲੋ ਜੀ, ਹੁਣ ਆਪਾਂ ਗੈਸ ਬਾਲਦੇ ਹਾਂ, ਕੜਾਹੀ ਧਰਦੇ ਹਾਂ ਉੱਪਰ। ਰਿਫਾਇੰਡ ਆਪਣਾ ਗਰਮ ਹੋ ਗਿਆ, ਹੁਣ ਇਹਦੇ ਵਿੱਚ ਲਸਣ ਅਤੇ ਹਰੀ ਮਿਰਚ ਪਾ ਲੈਂਦੇ ਹਾਂ, ਫਰਾਈ ਕਰਦੇ ਹਾਂ ਇਹਨੂੰ। ਮਲਾਈ ਆਪਾਂ ਨੇ ਪਾਣੀ ਕੱਢ ਲਿਆ ਜੀ, ਮਲਾਈ 'ਚੋਂ ਕੱਪੜੇ 'ਚ ਪਾ ਕੇ, ਦਹੀਂ 'ਚੋਂ ਪਾਣੀ ਕੱਢ ਲਿਆ ਆਪਾਂ ਨੇ, ਦਹੀਂ ਆਪਾਂ ਨੇ ਫੈਂਟ ਲਈ। ਇਹਦੇ ਵਿੱਚ ਆਪਾਂ ਪਿਆਜ਼ ਪਾ ਦਿੰਦੇ ਹਾਂ, ਮਿਕਸ ਕਰਦੇ ਹਾਂ, ਹਲਕਾ ਜਿਹਾ ਬਰਾਉਨ ਹੋਣ ਤੱਕ ਪਿਆਜ਼ਾਂ ਨੂੰ ਭੁੰਨਦੇ ਹਾਂ। ਪਿਆਜ਼ ਆਪਣੇ ਬਰਾਉਨ ਹੋਣ ਲੱਗ ਗਏ, ਹੁਣ ਇਹਦੇ ਵਿੱਚ ਟਮਾਟਰ ਐਡ ਕਰਦੇ ਹਾਂ। ਹੁਣ ਇਹਨੂੰ 1-2 ਮਿੰਟ ਲਈ ਟਮਾਟਰਾਂ ਨੂੰ ਪਕਾ ਲੈਂਦੇ ਹਾਂ। ਹੁਣ ਇਹਨੂੰ ਆਪਾਂ 1 ਪਲੇਟ 'ਚ ਕੱਢ ਲੈਂਦੇ ਹਾਂ, ਠੰਡਾ ਕਰਦੇ ਹਾਂ, ਪਲੇਟ 'ਚ ਕੱਢ ਕੇ ਠੰਡਾ ਹੋਏ ਤਾਂ ਫਿਰ ਆਪਾਂ ਮਿਕਸੀ 'ਚ ਪਾ ਕੇ, ਕੱਪ 'ਚ ਪਾ ਕੇ ਗ੍ਰੈਂਡ ਕਰਾਂਗੇ ਇਹਨੂੰ। ਲਓ ਜੀ, ਮਸਾਲਾ ਆਪਣਾ ਗ੍ਰੈਂਡ ਹੋ ਗਿਆ, ਕੱਪ ਮਿਕਸੀ 'ਚ ਪਾ ਕੇ ਆਪਾਂ ਨੇ ਗ੍ਰੈਂਡ ਕਰ ਲਿਆ ਇਹਨੂੰ। ਹੁਣ ਜੀਰਾ ਪਾਉਂਦੇ ਹਾਂ,
ਹੁਣ ਆਪਾਂ ਮਸਾਲਾ ਜਿਹੜਾ ਪੀਸ ਕੇ ਰੱਖਿਆ ਸੀ ਉਹ ਪਾ ਦੇਣੇ ਵਿੱਚ। ਹਲਦੀ ਪਾਉਣੇ ਆ, ਮਿਕਸ ਕਰਦੇ ਹਾਂ। ਲੂਣ ਪਾਉਣੇ ਆ, ਗਰਮ ਮਸਾਲਾ ਪਾਉਣੇ ਆ, ਉਹਨਾਂ ਨੂੰ ਮਿਕਸ ਕਰਦੇ ਹਾਂ ਜੀ। ਮਸਾਲਾ ਆਪਣਾ ਬਣ ਗਿਆ। ਹੁਣ ਇਹਦੇ ਵਿੱਚ ਆਪਾਂ ਪਾਉਂਦੇ ਹਾਂ ਦਹੀਂ, ਮਿਕਸ ਕਰਦੇ ਹਾਂ। ਉਨਾ ਚਿਰ ਮਿਕਸ ਕਰਾਂਗੇ ਜੀ, ਜੇ ਆਪਾਂ ਮਿਕਸ ਨਹੀਂ ਕਰਾਂਗੇ ਫਿਰ ਆਪਣੀ ਦਹੀਂ ਨੇ ਫਟ ਜਾਣਾ। ਗੈਸ ਆਪਾਂ ਸਲੋ ਕਰਤਾ, ਉਨਾ ਚਿਰ ਵਿੱਚ ਚਮਚਾ ਕੜਸ ਫੇਰਦੇ ਰਹਾਂਗੇ ਜਿੰਨਾ ਚਿਰ ਆਪਣੀ ਦਹੀਂ ਮਿਕਸ ਨਹੀਂ ਹੁੰਦੀ। ਪਾਉਂਦੇ ਆਪਾਂ ਦੁੱਧ ਦੀ ਕਰੀਮ ਮਲਿਆਈ, ਇਹਨੂੰ ਵੀ ਮਿਕਸ ਕਰਦੇ ਹਾਂ ਜੀ। ਆਪਣੀ ਬਣ ਚੁੱਕੀ ਹੈ, ਹੁਣ ਇਹਦੇ ਵਿੱਚ ਐਡ ਕਰਦੇ ਹਾਂ ਪਨੀਰ। ਪਾਣੀ ਐਡ ਕਰਾਂਗੇ ਜੀ ਆਪਾਂ, ਚਾਹੋ ਤਾਂ ਦੁੱਧ ਵੀ ਪਾ ਸਕਦੇ ਹੋ, ਪਰ ਆਪਾਂ ਕਰੀਮ ਪਾਈ ਆਪਾਂ ਥੋੜ੍ਹਾ ਜਿਹਾ ਪਾਣੀ ਐਡ ਕਰਾਂਗੇ ਤਾਂ ਜੋ ਲੂਣ ਮਿਰਚ ਆ ਜਿਹੜਾ ਉਹ ਪਨੀਰ ਦੇ ਅੰਦਰ ਜਾ ਸਕੇ, ਪਨੀਰ ਦੇ ਵਿੱਚ ਲੂਣ ਮਿਰਚ ਰਚ ਜੇ। ਹੁਣ ਸਲੋ ਗੈਸ ਕਰਕੇ 2 ਤੋਂ 3 ਮਿੰਟ ਲਈ 1 ਚਮਚ ਆਪਾਂ ਵਿੱਚ ਪਾਵਾਂਗੇ ਚੀਨੀ ਦਾ। ਥੋੜ੍ਹੀ ਜਿਹੀ ਮੇਥੀ ਪਾਵਾਂਗੇ ਵਿੱਚ, ਧਨੀਆ ਨਹੀਂ ਹੈਗਾ ਜੀ, ਮੇਥੀ ਪਾਵਾਂਗੇ ਤਾਂ ਜੋ ਉਹਦਾ ਟੇਸਟ ਵਧੀਆ ਆ ਸਕੇ। ਹੁਣ ਇਹਨੂੰ ਆਪਾਂ ਗੈਸ ਸਲੋ ਕਰ ਦਿੰਦੇ ਹਾਂ, ਉੱਪਰੋਂ ਢੱਕ ਕੇ 2 ਤੋਂ 3 ਮਿੰਟ ਲਈ।
ਤੱਕ ਕੌਲੀ 'ਚ ਪਾ ਲੈਂਦੇ ਹਾਂ ਜੀ। ਆਪਣਾ ਸ਼ਾਹੀ ਪਨੀਰ ਬਣ ਕੇ ਤਿਆਰ ਆ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ ਜੀ।